ਦਿੱਲੀ ਹਰਿਆਣਾ ਦੇ ਸਿੰਘੂ ਬਾਰਡਰ ਤੇ ਲਗਭਗ ਇੱਕ ਮਹੀਨੇ ਤੋਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਕਿਸਾਨ ਪੀਜ਼ਾ ਦਾ ਲੰਗਰ ਖਾ ਰਹੇ ਨੇ, ਕਿਸਾਨ ਜਿਹੜੇ ਨੇ ਪਿੰਨੀਆਂ ਖਾ ਰਹੇ ਨੇ, ਕਾਜੂ ਬਦਾਮ ਖਾ ਰਹੇ ਨੇ। ਪਰ ਅਸੀਂ ਤੁਹਾਨੂੰ ਸੜਕ ਦੀ ਉਹ ਤਸਵੀਰ ਦਿਖਾਵਾਂਗੇ ਜਿੱਥੇ ਜਿਹੜੀਆਂ ਮਹਿਲਾਵਾਂ ਨੇ ਉਹ ਆਈਆਂ ਨੇ, ਆਪਣਾ ਜਿਹੜਾ ਲੰਗਰ ਹੈ ਉਹ ਆਪ ਬਣਾ ਰਹੇ ਨੇ, ਖਾਣਾ ਜਿਹੜਾ ਹੈ ਉਹ ਆਪ ਬਣਾ ਰਹੇ ਨੇ। ਤਵੀ ਉਹਨਾਂ ਦੀ ਲੱਗੀ ਹੋਈ ਹੈ, ਬਾਲਣ ਉਹਨਾਂ ਦਾ ਇੱਥੇ ਪਿਆ। ਪੰਜਾਬ ਤੋਂ ਆਏ ਜਿਹੜੇ ਮਹਿਲਾ ਕਿਸਾਨ ਨੇ ਉਹ ਆਪਣਾ ਖਾਣਾ ਆਪ ਬਣਾ ਰਹੇ ਨੇ, ਲੰਗਰ ਦੀ ਰਾਤ ਦੇ ਭੋਜਨ ਦੀ ਤਿਆਰੀ ਕਰ ਰਹੇ ਨੇ। ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਆਏ ਨੇ, ਕੀ ਉਹਨਾਂ ਦੇ ਹਾਲਾਤ ਨੇ। ਅਸੀਂ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਦੀ ਇੱਥੇ ਵਿੱਚ ਵਿਚਾਰ ਬੈਠੇ ਹਾਂ। ਅਸੀਂ ਆਪਣੇ ਹੱਕ ਸੱਚ ਦੀ ਲੜਾਈ ਲੜਨੀ ਇੱਥੇ ਆਏ ਹਾਂ। ਅਸੀਂ ਕੋਈ ਪਿੰਨੀਆਂ ਦੀ ਚਾਹਤ ਜਾਂ ਕਿਸੇ ਹੋਰ ਚੀਜ਼ ਦੀ ਚਾਹਤ ਵਿੱਚ ਇੱਥੇ ਨਹੀਂ ਆਏ। ਸਾਡੇ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ, ਬਹੁਤ ਸਾਡੇ ਗੁਰਾਂ ਨੇ ਸਾਨੂੰ ਦਿੱਤਾ ਹੋਇਆ, ਲੇਕਿਨ ਇੱਥੇ ਜਿਸਨੇ ਵੀ ਆਉਣਾ ਰੱਜ ਕੇ ਰੋਟੀ ਪਾਣੀ ਲੰਗਰ ਚਾਹ ਪ੍ਰਸ਼ਾਦਾ ਹੱਸ ਕੇ ਚੱਕੋ। ਤੁਸੀਂ ਦੇਖ ਰਹੇ ਹੋ ਅਸੀਂ ਆਪਣੇ ਅੰਨਦਾਤੇ ਹੋਣ ਦੇ ਕਰਕੇ ਰੋਟੀ ਲੰਗਰ ਸਭ ਨੂੰ ਛਕਾ ਰਹੇ ਹਾਂ ਇੱਕ ਸੇਵਾ ਭਾਵਨਾ ਨਾਲ। ਇਹ ਨਹੀਂ ਕਿ ਸਾਡੇ ਕੋਲ ਕੁਛ ਹੈ ਨਹੀਂ, ਸਾਡੇ ਕੋਲ ਬਹੁਤ ਕੁਛ ਹੈ। ਸ਼ਹਿਰ 'ਚ ਰਹਿੰਦੇ ਹੋਏ ਵੀ ਅਸੀਂ ਆਪਣੇ ਘਰ ਬਾਰ ਛੱਡ ਕੇ ਠੰਡ, ਬਹੁਤ ਹੀ ਠੰਡ ਦੀ ਰਾਤਾਂ ਦੇ ਵਿੱਚ ਸਾਡੇ ਗੁਰੂਆਂ ਨੇ ਸੀਸ ਦਿੱਤੇ ਨੇ, ਅਤੇ ਸਾਨੂੰ ਇੱਥੇ ਬੈਠਣ 'ਚ ਕੋਈ ਸਿਦਕ ਨਹੀਂ ਹੋਣਾ ਚਾਹੀਦਾ। ਇੱਥੇ ਤੁਸੀਂ ਇੰਨੇ ਟਾਈਮ ਦੇਵੋ, ਕੋਈ ਤੁਹਾਨੂੰ ਪਰੇਸ਼ਾਨੀ, ਕਿਉਂਕਿ ਓਬਵੀਅਸਲੀ ਜਿਹੜੀ ਪਰੇਸ਼ਾਨੀਆਂ ਤਾਂ ਹੋਣਗੀਆਂ, ਠੰਡ ਦਾ ਮੌਸਮ ਹੈ, ਆਪਣਾ ਘਰ ਬਾਰ ਛੱਡ ਕੇ ਆਉਣਾ ਕੋਈ ਸੌਖਾ ਨਹੀਂ ਹੁੰਦਾ। ਪਰ ਕਿਹੜੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਇੱਥੇ ਜਾਣ ਤੋਂ ਰੋਕ ਰਹੀ ਹੈ, ਕਿਉਂ, ਕਿੱਥੋਂ ਹੌਸਲਾ ਮਿਲ ਰਿਹਾ? ਜਾਂ ਤੋਂ ਜੀ ਮਿੱਟੀ ਨਾਲ ਸਾਡਾ ਪਿਆਰ ਹੈ, ਮਿੱਟੀ ਵਿੱਚ ਪੈਦਾ ਹੋਇਆ ਸੀ, ਮਿੱਟੀ ਵਿੱਚ ਹੀ ਮਰ ਜਾਵਾਂਗੇ, ਲੇਕਿਨ ਅਸੀਂ ਆਪਣੇ ਹੱਕ ਤੱਕ ਦੀ ਲੜਾਈ ਇੱਥੇ ਲੜ ਕੇ ਹੀ ਜਾਵਾਂਗੇ। ਕਿਸੇ ਤਰ੍ਹਾਂ ਦੀ ਵੀ ਸਾਨੂੰ ਪ੍ਰੋਬਲਮ ਨਹੀਂ ਆ ਰਹੀ, ਹਰ ਇੱਕ ਬੰਦਾ ਸਾਡਾ ਸਾਥ ਦੇ ਰਿਹਾ। ਕੋਈ ਇੱਥੇ ਪਿੰਨੀਆਂ ਦਾ ਲੰਗਰ ਜਾਂ ਪੀਜ਼ੇ ਵਗੈਰਾ ਦਾ ਕੋਈ ਸ਼ੌਂਕ ਨਹੀਂ ਰੱਖਦਾ, ਸਭ ਗੁਰੂ ਦੀ ਕੌਮ ਹੈ। ਜਿਸ ਨੂੰ ਵੀ ਤੁਸੀਂ ਦੇਖ ਲਓ ਹੱਕ ਸੱਚ ਦੀ ਲੜਾਈ ਵਾਸਤੇ ਸਾਰੇ ਇੱਥੇ ਆ ਕੇ ਬੈਠੇ ਹੋਏ ਨੇ। ਤਸਵੀਰਾਂ ਪਰ ਅਸੀਂ ਤੁਹਾਨੂੰ ਦਿਖਾਵਾਂਗੇ, ਰੋਟੀਆਂ ਬਣਾ ਰਹੇ ਨੇ, ਕੋਈ ਪੇੜੇ ਕਰ ਰਿਹਾ, ਕੋਈ ਰੋਟੀਆਂ ਬਣਾ ਰਹੇ, ਛੋਟੀ ਬੱਚੀ ਵੀ ਇੱਥੇ ਮੌਜੂਦ ਹੈ, ਸ਼ਾਇਦ ਆਪਣੇ ਘਰਦਿਆਂ ਦੇ ਨਾਲ ਆਈ ਹੈ, ਉਹ ਵੀ ਸਾਰਾ ਜਿਹੜਾ ਹੈ ਇੱਥੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਹੋਰ ਕਿਸਾਨ ਜਿਹੜੇ ਨੇ ਮਹਿਲਾ ਕਿਸਾਨ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਇਆ ਨੂੰ? ਅਸੀਂ 26 ਤਰੀਕ ਦੇ ਇੱਥੇ ਆਏ ਹੋਏ ਹਾਂ ਮੈਮ। ਹਾਂ, ਅਤੇ ਥੋੜ੍ਹੇ ਦਿਨੇ ਚਲੇ ਜਾਂਦੇ ਹਾਂ ਘਰ, ਬਾਕੀ ਆ ਜਾਂਦੇ ਨੇ, ਇੱਦਾਂ ਸਾਡਾ ਚੱਲਦਾ ਰਹਿੰਦਾ। ਜਿਵੇਂ ਕੁਝ ਲੰਗਰ ਵਗੈਰਾ ਦੀ ਸਾਰੀ ਅਸੀਂ ਰਸਦ ਅੱਜ ਵੀ ਲੈ ਕੇ ਆਏ ਹਾਂ, ਅਤੇ ਜਾਮ ਕਰਕੇ ਗੱਡੀਆਂ ਸਾਡੇ ਪਿੱਛੇ ਖੜੀਆਂ ਸੀ, ਅਸੀਂ ਪਹਿਲਾਂ ਆ ਗਏ ਹਾਂ, ਸਾਰਾ ਸਮਾਨ ਆ ਰਿਹਾ। ਕਿਸਾਨੀ ਸੰਘਰਸ਼ ਹੈ, ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਇਹ ਜਿਹੜਾ ਸੰਘਰਸ਼ ਹੈ ਉਹ ਕਿਸੇ ਪਾਰਟੀਕੁਲਰ ਧਰਮ ਤੱਕ, ਪਾਰਟੀ ਤੱਕ ਸੀਮਿਤ ਨਹੀਂ ਹੈਗਾ। ਹੁਣ ਸਾਰਾ ਪੰਜਾਬ ਹੈ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਆ ਗਿਆ। ਮੈਂ ਹੁਣ ਇੱਥੋਂ ਆਈ ਹਾਂ, ਉਹ ਲੋਕ ਵੀ ਨੇ ਜਿਹੜੇ ਕਿਸਾਨ ਨਹੀਂ ਹੈਗੇ, ਸਟੂਡੈਂਟ ਨੇ, ਹੋਰ ਜਿਹੜੇ ਹੈਗੇ ਨੇ ਉਹ ਵੀ ਨੇ, ਤਾਂ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਇਕੱਲੇ ਕਿਸਾਨਾਂ ਦਾ ਨਹੀਂ, ਇਹ ਸਭ ਦਾ, ਕਿਉਂਕਿ ਸਾਰੇ ਕਾਨੂੰਨ ਸੀ ਪਰ ਕੋਈ ਅੱਗੇ ਹੱਕ ਲਈ ਆਪਣੇ ਲੜ ਨਹੀਂ ਸੀ ਰਿਹਾ। ਹੁਣ ਕਿਸਾਨ ਅੱਗੇ ਆਏ ਨੇ ਤਾਂ ਸਾਰੇ ਅੱਗੇ ਆ ਰਹੇ ਨੇ, ਕਿਉਂਕਿ ਸਾਰਿਆਂ ਨੂੰ ਕਿਸੇ ਨਾ ਕਿਤੇ ਕੋਈ ਨਾ ਕੋਈ ਪਰੇਸ਼ਾਨੀ ਹੈ, ਪਰ ਕੋਈ ਬੋਲ ਨਹੀਂ ਸੀ ਰਿਹਾ ਅੱਜ ਤੱਕ। ਆ ਕਿਸਾਨ ਅੱਗੇ ਆਏ ਨੇ ਤਾਂ ਸਾਰੇ ਪਿੱਛੇ ਹੋ ਗਏ, ਸਭ ਉਹਨਾਂ ਨਾਲ ਰਲ ਗਏ ਹੈ, ਕਿਉਂਕਿ ਹਰ ਇੱਕ ਨੇ ਕੁਛ ਨਾ ਕੁਛ ਮੰਗ ਰੱਖੀ ਹੋਈ ਹੈ, ਅਤੇ ਉਹ ਸਾਰੇ ਹੁਣ ਇਕੱਠੇ ਹੋ ਰਹੇ ਹੈ ਕਿਸਾਨਾਂ ਨਾਲ। ਤੁਹਾਨੂੰ ਪਿੱਛੇ ਤਸਵੀਰਾਂ ਹੋਰ ਵੀ ਦਿਖਾਉਣੇ, ਜਿੱਥੇ ਚੁੱਲ੍ਹਾ ਆਪਣਾ ਲਗਾ ਲਿਆ, ਇੱਕ ਟੈਂਪਰੇਰੀ ਚੁੱਲ੍ਹਾ ਜਿਹੜਾ ਬਣਾ ਲਿਆ ਗਿਆ, ਸਬਜ਼ੀ ਹੈ ਜਿਹੜੀ ਉਹ ਬਣਾਈ ਜਾ ਰਹੀ ਹੈ, ਮਟਰ ਪਨੀਰ ਦੀ ਸਬਜ਼ੀ। ਤੁਸੀਂ ਆਏ ਹੋ ਪੰਜਾਬ, ਸਬਜ਼ੀ ਬਣਾ ਰਹੇ ਹੋ, ਇਹ ਜਿਹੜਾ ਸੰਘਰਸ਼ ਹੈ, ਕਦੇ ਘਰੇ ਹੋਇਆ ਵੀ ਸੜਕ ਸਬਜ਼ੀਆਂ ਬਣਾਈਆਂ ਜਾ ਰਹੀਆਂ, ਸਾਰਾ ਕੁਛ ਜਿਹੜਾ ਹੈ, ਕਿਵੇਂ ਇਹਨੂੰ ਦੇਖਦੇ ਹੋ? ਬਿਲਕੁਲ ਨਹੀਂ, ਘਰੇ ਤਾਂ ਅਸੀਂ ਬਣੀ ਬਣਾਈ ਖਾਂਦੇ ਸੀ, ਉਰੇ ਆ ਕੇ ਹੀ ਲੰਗਰ 'ਤੇ ਅਸੀਂ ਸੇਵਾ ਕਰੀ ਆ, ਹੱਥੀਂ ਬਣਾਇਆ, ਹੱਥੀਂ ਛਕਾਇਆ। ਇਹ ਜਿਹੜਾ ਤੁਸੀਂ ਕਦੋਂ ਤੋਂ ਆਏ ਹੋਏ ਹੋ? ਮੈਂ 26 ਤਰੀਕ ਤੋਂ ਜੀ, ਜਦੋਂ ਤੱਕ ਸਾਡੇ ਹੱਕ ਸਾਨੂੰ ਮਿਲਦੇ ਨੇ ਉਹਨਾਂ 'ਚ ਜਾਂਦੇ ਨਹੀਂ। ਮੈਂ ਤਾਂ ਕੱਲ ਪਰਸੋਂ ਹੀ ਆਇਆ ਜੀ, ਅਤੇ ਉਹ ਵੀ ਪਿੰਡ ਵਾਲਿਆਂ ਨੂੰ ਲੱਗਿਆ ਮੈਨੂੰ ਵੀ ਸਾਨੂੰ ਜ਼ਰੂਰਤ ਹੈ ਜਾਣ ਦੀ, ਤਾਂ ਮੈਂ ਅਤੇ ਮੇਰੇ ਦੋਸਤ ਆਏ ਨੇ ਨਾਲ, ਅਸੀਂ ਅੱਜ ਆਏ ਹਾਂ ਜੀ, ਅਤੇ ਹੁਣ ਮੈਨੂੰ ਲੱਗਦਾ ਰਹਿ ਕੇ ਜਾਵਾਂਗੇ ਜੀ ਕਈ ਦਿਨ। ਕੋਈ ਨਹੀਂ ਇਹ ਕਹਿ ਰਿਹਾ ਹੈਗਾ ਕਿ ਅਸੀਂ ਪਰੇਸ਼ਾਨ ਹੈ ਜਾਂ ਜੋ ਵੀ ਹੈ, ਹਰ ਕੋਈ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਹੋ ਰਿਹਾ, ਜੋ ਕਿਸਾਨਾਂ ਦੇ ਲਈ ਜਿੰਨੀ ਉਹਨਾਂ ਤੋਂ ਕੋਸ਼ਿਸ਼ ਕੀਤੀ ਹੈ ਉਹ ਸਪੋਰਟ ਕਰ ਰਹੇ ਨੇ। ਬੱਚੇ ਵੀ ਆਏ ਨੇ ਜਿਹੜੇ ਸਕੂਲ, ਉਹਨਾਂ ਦੇ ਕਿਉਂਕਿ ਕੋਵਿਡ ਕਰਕੇ ਸਕੂਲ ਨਹੀਂ ਸੀ ਚੱਲ ਰਿਹਾ, ਉਹਨਾਂ ਦਾ ਬੱਚੇ ਵੀ ਆਏ ਹੋਏ ਨੇ, ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ, ਹਰ ਕੋਈ ਕਿਸਾਨਾਂ ਦੇ ਨਾਲ ਇਸ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ। ਅਤੇ ਜਿਹੜੀ ਇਹ ਕਿਹਾ ਜਾਂਦਾ ਕਿ ਕਿਸਾਨ ਪਿੱਜ਼ਾ ਪਿੰਨੀਆਂ ਲੰਗਰ ਖਾ ਰਹੇ ਨੇ, ਉਹ ਤੁਹਾਨੂੰ ਨਹੀਂ ਨਜ਼ਰ ਆਊਗਾ। ਤੁਸੀਂ ਜਾ ਕੇ ਜੇ ਦੇਖੋਗੇ ਤਾਂ ਜਿਹੜੇ ਕਿਸਾਨ ਹੈ ਆਪਣਾ ਸਾਰਾ ਸਮਾਨ ਰਾਸ਼ਨ ਨਾਲ ਲੈ ਕੇ ਆਏ ਨੇ, ਅਤੇ ਸਾਰਾ ਜਿਹੜਾ ਆਪਣਾ ਲੰਗਰ ਹੈ ਉਹ ਆਪ ਬਣਾ ਰਹੇ ਨੇ। ਸਿੰਘੂ ਬਾਰਡਰ ਤੋਂ ETV ਭਾਰਤ ਲਈ ਅਰਸ਼ਦੀਪ ਕੌਰ।